ਕਰ ਲਓ, ਇੱਕ ਲੋਕ ਕਰ ਲਓ, ਹਾਂ ਨਾ ਲਓ ਲੋਕ। ਡੀ ਜੀ ਪੀ ਸਾਹਿਬ, CM ਸਾਹਿਬ, ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ SSP ਸਾਹਿਬ ਬਠਿੰਡਾ ਸਾਹਿਬ ਹਰਮਨਵੀਰ ਸਿੰਘ ਗਿੱਲ, ਉਹਨਾਂ ਦੀ ਰਹਿਨਮਾਈ ਦੇ ਵਿੱਚ ਬਠਿੰਡਾ ਪੁਲਿਸ ਇਹ ਜਿਹੜੇ ਸਮਗਲਰਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਉਹਨਾਂ ਨੂੰ ਫਰੀਜ਼ ਕਰਨ ਦੇ ਵਿੱਚ ਉਸੇ ਦੀ ਲੜੀ ਦੇ ਵਿੱਚ ਇੱਥੇ ਇੱਕ ਭੁੱਕੀ ਦਾ ਪਰਚਾ ਦਰਜ ਹੋਇਆ ਸੀਗਾ 2 ਕੁਇੰਟਲ ਦਾ 2019 'ਚ। ਉਹਦੇ ਵਿੱਚ ਉਹਨੂੰ ਕਨਵੈਕਸ਼ਨ ਹੋਈ ਹੈ ਅਤੇ ਉਹਦੀ ਅਸੀਂ ਜਿਹੜੀ ਪ੍ਰੋਪਰਟੀ ਹੈ ਉਹਨੂੰ ਅਸੀਂ ਲੋਕੇਟ ਕੀਤਾ। ਜਿਹੜੀ ਉਹਦੀ ਪ੍ਰੋਪਰਟੀ ਉਹਨੇ ਇਸ ਸਮਗਲਿੰਗ ਤੋਂ ਬਣਾਈ ਸੀਗੀ। ਉਹਦੇ ਵਿੱਚ ਇੱਕ ਉਹਦਾ ਘਰ ਹੈਗਾ, ਇੱਕ ਉਹਦੀ ਕਾਰ ਆ, ਮਰੂਤੀ ਕਾਰ ਆ, ਮੋਟਰਸਾਈਕਲ ਆ, ਬੈਂਕ ਅਕਾਊਂਟਸ ਹੈਗੇ ਆ। ਉਹ ਸਾਰੀ ਪ੍ਰੋਪਰਟੀ ਨੂੰ ਅਸੀਂ ਅੱਜ ਸੀਜ ਕੀਤਾ ਹੈਗਾ। ਇਹ ਅਪਰੋਕਸੀਮੇਟਲੀ 37-38 ਲੱਖ ਦੀ ਪ੍ਰੋਪਰਟੀ ਬਣਦੀ ਹੈ। ਜਿਹੜਾ ਘਰ ਆ ਇਹ 27-28 ਲੱਖ ਦਾ ਹੈਗਾ। ਬਾਕੀ ਜਿਹੜੀ ਉਹਦੀ ਜੇ ਉਹਦਾ ਮਾਰਕੀਟ ਵੈਲਿਊ ਦੇਖੋ ਤਾਂ ਕਾਫੀ ਜ਼ਿਆਦਾ ਹੈਗੀ ਆ। ਅਤੇ ਇਹ ਮਤਲਬ NDPS ਐਕਟ ਦੇ ਵਿੱਚ ਜਿੰਨੇ ਵੀ ਪਰਚੇ ਦਰਜ ਹੋਏ ਨੇ ਜਿਹੜੇ ਜਿਹੜੇ ਮੁਲਜ਼ਮਾਂ ਦੇ ਉੱਤੇ, ਉਹਨਾਂ ਦੀ ਪ੍ਰੋਪਰਟੀਆਂ ਜਿਹੜੀ ਬਠਿੰਡਾ ਪੁਲਿਸ ਆ ਉਹ ਖੰਗਾਲ ਰਹੀ ਹੈ। ਜਿਵੇਂ ਜਿਵੇਂ ਵੀ ਰਿਕੇਟ ਹੋ ਰਹੀਆਂ ਕੰਪੀਟੈਂਟ ਅਥਾਰਟੀ ਤੋਂ ਉਹਦੇ ਆਰਡਰ ਲੈ ਕੇ, ਤਾਂ ਉਹ ਜਿਹੜੀ ਪ੍ਰੋਪਰਟੀ ਹੈ ਸੀਜ਼ ਕਰ ਦਿੱਤੀ। DSP ਸਾਹਿਬ, ਇਹਨਾਂ ਤੇ ਕਿੰਨੇ ਪਰਚੇ ਦਰਜ ਸੀਗੇ NDPS ਤੇ ਕਿੰਨੇ ਜਿਨ੍ਹਾਂ ਨੂੰ ਸਜ਼ਾ ਆਪਾਂ? ਇਹਦੇ ਵਿੱਚ NDPS ਐਕਟ ਦਾ ਇਹਦੇ ਉੱਤੇ ਇੱਕ ਪਰਚਾ ਦਰਜ ਹੈ, ਇਹਦੇ ਵਿੱਚ ਇਹਦੀ ਕਾਰਵਾਈ ਹੋਈ ਹੈਗੀ ਆ। ਅਗਲਾ ਕੀ ਪ੍ਰੋਸੀਜਰ ਹੋਊਗਾ? ਅਗਲਾ ਇਹਨੂੰ ਹੁਣ ਅਸੀਂ ਪ੍ਰੋਪਰ ਸੀਜ਼ ਕਰ ਦਿੱਤਾ ਗਿਆ ਅਤੇ ਆਪਣੀ ਇਹ ਸਾਰੀ ਉਹ ਪੈਰਵੀ ਕਰੇਗਾ ਇਹ, ਵੀ ਬਈ ਮੇਰੀ ਸੀ, ਜੇ ਨਹੀਂ ਸਾਬਤ ਕਰ ਸਕਦਾ ਹੋਊਗਾ ਤਾਂ ਇਹ ਜਿਹੜੀ ਇਹ ਸਰਕਾਰ ਜ਼ਬਤ ਕਰ। ਇੱਥੇ ਕੋਈ ਰਹਿ ਰਿਹਾ ਹੁਣ ਇਸ ਘਰ 'ਚ? ਨਹੀਂ, ਅੱਜ ਮਤਲਬ ਅਸੀਂ ਹੁਣ ਤੁਹਾਡੇ ਸਾਹਮਣੇ ਹੀ ਅਸੀਂ ਆਏ ਹਾਂ, ਲੇਕਿਨ ਐਂ ਤਾਂ ਜਾਪਦਾ ਹੀ ਆ ਵੀ ਘਰੇ ਰਹਿ ਰਹੇ ਆ, ਪਰ ਇਸ ਟਾਈਮ ਘਰੇ ਕੋਈ ਨਹੀਂ। ਕੋਈ ਇਸ ਤੋਂ ਇਲਾਵਾ ਵੀ ਹੋਰ ਕੋਈ ਕੇਸ ਹੈ ਪੈਂਡਿੰਗ ਜਿਹੜੇ ਭੇਜੇ ਹੋਣ? ਹਾਂ, ਉਹ ਕਾਫੀ ਕੇਸ ਨੇ ਜਿਹੜੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੇ ਭੇਜੇ ਆ ਕੰਪੀਟੈਂਟ ਅਥਾਰਟੀ ਨੂੰ। ਉਹ ਵੀ ਸਾਰਾ ਆਪਣਾ ਪ੍ਰੋਸੀਜਰ ਅਡੋਪਟ ਕਰਦੇ ਆ, ਸਾਰਾ ਖੰਗਾਲਦੇ ਆ, ਸਾਰੇ ਮਤਲਬ ਕੰਪਲੀਟ ਕਰਕੇ ਜਦੋਂ ਕੰਪਲੀਟ ਹੋ ਜਾਂਦਾ ਫਿਰ ਆਰਡਰ ਉਹ ਸੈਂਡ ਕਰਦੇ, ਜਿਹੜੀ ਫਿਰ ਅਗਲੀ ਪ੍ਰਕਿਰਿਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਜ਼ਿਆਦਾ ਬਠਿੰਡਾ ਪੁਲਿਸ ਦੇ ਵਿੱਚ ਇੱਥੇ ਥਾਣੇ 'ਚ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਕੀਤੇ ਜਾਣਗੇ।